ਅੱਗੇ ਆ ਰਹੇ ਹਨ ਪਲੀਜ਼। ਮੇਰੀਆਂ ਭੈਣਾਂ ਨੂੰ ਬੇਨਤੀ ਹੈ ਥੋੜ੍ਹਾ ਅੱਗੇ ਆ ਰਹੇ, ਆਪਾਂ ਸਾਰਿਆਂ ਨੂੰ ਗੱਲ ਕੀਤੀ ਕਿਰਪਾ ਕਰੋ। ਗੁਰੂ ਭਾਗੀ ਹਰ ਸਿੰਗਲ ਪਾਉ ਆਪੀ ਉਹਨਾਂ ਭਾਗਾਂ ਵਾਲੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੀ ਡਿਗਰੀ ਬੋਰਡ ਵਿੱਚ ਬੈਠ ਕੇ ਗੁਰੂ ਦੇ ਦੀਦਾਰ ਕਰੇ, ਗੁਰੂ ਨਾਨਕ ਦੀ ਪਿਆਰੀ ਬੋਰਡ ਵਿੱਚ ਬੈਠ ਕੇ ਹਰ ਸਰਨ ਕਰੇ। ਪਰਮਾਨ ਹੈ ਜੈਸੇ ਏਕ ਜਨਨੀ ਕੈ ਹੋਤ ਹੈ ਅਨੇਕ ਸੇ, ਸਭ ਹੀ ਮੈਂ ਔਰ ਪਿਆਰੋ ਸੁਖ ਹੋ ਗਏ। ਜੈਸੇ ਏਕ ਜਨਨੀ ਕੈ ਹੋਤ ਹੈ ਅਨੇਕ ਸੋ, ਸਭ ਹੀ ਮੈਂ ਔਰ ਪਿਆਰੋ ਸੁਖ ਹੋ ਗਏ। ਮਾਂ ਕਿੰਨੇ ਪੁੱਤਰ ਨੇ, ਮਾਂ ਸਾਰਿਆਂ ਨਾਲੇ ਪਿਆਰ ਕਰਦੀ ਹੈ, ਪਰ ਜਿਹੜਾ ਗੋਦੀ ਵਾਲਾ ਲਾਲ ਹੈ ਉਹ ਮਾਂ ਨੂੰ ਬਹੁਤ ਪਿਆਰਾ ਲੱਗਦਾ। ਰੱਤਾ ਜਿੰਨਾ ਵੀ ਰੋਂਦਾ ਹੈ ਸਾਰੇ ਪੰਨ ਛੱਡ ਕੇ ਆ ਜਾਂਦੀ ਬਾਲ ਰੋਂਦਾ ਹੈ। ਇਸੇ ਤਰ੍ਹਾਂ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਸਿੱਖ ਪਿਆਰੇ ਕਰਦੇ ਨੇ, ਪਰ ਆਹ ਜਿਹੜੇ ਗੁਰੂ ਜੀ ਗੋਦ ਵਿੱਚ ਬੈਠੇ ਨੇ ਨਾ ਉਹ ਮੇਰੇ ਸਾਹਿਬ ਨੂੰ ਬਹੁਤ ਪਿਆਰੇ ਲੱਗਦੇ। ਕਰੋ ਸੰਤ ਵੀ ਅਸੀਸ ਮਿਲ ਜਾਵੇ, ਕੀਟ ਵਿਚਰਾ ਸਰ ਜਾਵੇ, ਪਿਆਰ ਸਹਿਤ ਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਆਪਣੀ ਬਾਣੀ ਵਿੱਚ ਕਹਿ ਰਹੇ ਨੇ, ਆਪਣੇ ਜੀ ਸਮੂਹ ਪ੍ਰਬੰਧਕ ਕਮੇਟੀ ਭਾਈ ਸਾਹਿਬ ਜੀ ਨੇ ਦਸਵਿਆਂ ਦੀ ਨਵੀਂ ਸੀਡੀ ਰਿਲੀਜ਼ ਕੀਤੀ ਹੈ, ਮਨ ਨੂੰ ਮਨ ਮਾਨ ਕਰੇ ਜੇ ਹੋਂ ਵਿੱਚ ਜਾਣਦਾ ਗੁਰੂ ਜੀ ਨਾਮ। ਇਸ ਸੀਡੀ ਦਾ ਜੋ ਟਾਈਟਲ ਸ਼ਬਦ ਹੈ ਉਹ ਆਪ ਜੀ ਨੂੰ ਦੱਸਦੇ ਸੁਣਾਉਣ ਜਾ ਰਹੇ ਨੇ। ਸੀਡੀ ਬਾਹਰ ਸੇਵਾਦਾਰ ਵੀ ਦੇ ਰਹੇ ਨੇ, ਜਿਹਨਾਂ ਦਾ ਰੋਲ ਦੇ ਉਹ ਦੱਸ ਸਕਦੇ ਨੇ, ਆਪ ਸਾਰੇ ਰਲ ਕੇ ਆਪਾਂ ਹਾਜ਼ਰ ਹੋਈ। ਮਨ ਮਤਮਾਨ ਕਰੇ ਹਾਂ ਕਿਛ Thank you.
Thank you.
Thank you.